ਹੁਣ ਇੱਦਾਂ ਸੋਚਦੇ ਪਏ ਹਾਂ ਵੀ ਅੱਜ ਤੋਂ ਬਾਅਦ ਘਰੋਂ 12 ਵਜੇ ਬਾਅਦ ਨਿਕਲੇ ਨਾ ਕਰੀਏ, ਸਾਰੇ ਫੰਕਸ਼ਨ ਜਿਹੜੇ 10 ਵਜੇ ਤੋਂ ਪਹਿਲਾਂ ਕਰ ਲਿਆ ਕਰੀਏ, ਸ਼ਾਇਦ 4 ਮਿੰਟ ਕੋਈ ਚੰਗਾ ਕਦਮ ਚੱਕੇ ਤੇ ਫਿਰ ਸੋਚਾਂਗੇ ਵੀ 11-12 ਵਜੇ ਚਾਬੀ ਨਾ ਕੋਲ ਜੀ ਜੀ ਗੱਡੀ ਦੇ ਸੈਂਸਰ ਵਾਲੀ ਹੈ, ਪੁਸ਼ ਬਟਨ ਵਾਲੀ ਸਟਾਰਟ ਹੈ ਜਿਹੜੀ ਚੱਲਦਾ ਰੋਡ ਹੈ। ਉਹ ਦਿਨ ਦਿਹਾੜੇ 12-12 ਟਾਈਮ ਹੈ, ਵਿਦਿਨ 5 ਮਿੰਟ ਗੱਡੀ ਚੱਕੀ ਗਈ ਹੈ। ਆਪਾਂ ਕਹਿੰਦੇ ਸਰਕਾਰ ਕਹਿੰਦੀ ਹੈ ਆਪਾਂ ਭਗਵੰਤ ਮਾਨ ਲਿਆ ਜੀ, ਆਪਾਂ ਸੁਧਾਰ ਕਰਤੇ, ਇਹ ਕਰਤਾ ਉਹ ਕਰਤਾ ਹੈ, ਇਹਦਾ ਮਤਲਬ ਆਪਾਂ ਤਾਂ ਕਿਸੇ ਵੀ ਫੰਕਸ਼ਨ 'ਤੇ ਜਾ ਹੀ ਨਹੀਂ ਸਕਦੇ, ਭਲੇ ਘਰੋਂ ਨਿਕਲ ਸਟਾਰਟ ਹੁੰਦੀ ਹੈ ਪੁਸ਼ ਬਟਨ ਵਾਲੀ ਗੱਡੀ ਹੁੰਦੀ ਆ, ਉਹ ਚਾਬੀ ਤੋਂ ਬਿਨਾਂ ਸਟਾਰਟ ਨਹੀਂ ਹੁੰਦੀ। ਅੱਛਾ, ਉਹਨਾਂ ਦੀ ਚਾਬੀ ਉਹ ਕਹਿੰਦੇ ਵੀ ਮੇਰੇ ਕੋਲ ਆ ਅਤੇ ਗੱਡੀ ਪੁਸ਼ ਬਟਨ ਨਾਲ ਸਟਾਰਟ ਹੋਣੀ ਆ, ਗੱਡੀ ਜੇ ਸੈਂਸਰ ਹੁੰਦੀ ਆ ਪੁਸ਼ ਬਟਨ ਨਾਲ ਸਟਾਰਟ ਹੋਣੀ, ਉਹਦੇ ਲਈ ਚਾਬੀ ਕੋਲ ਹੋਣੀ ਚਾਹੀਦੀ। ਨਹੀਂ ਸਰ, ਇਹਦੀ ਵਾਇਰਲੈਸ ਵਗੈਰਾ ਕਰਾਈ ਗਈ ਜੀ? ਪੁਲਿਸ ਵਾਲੇ ਵੀ ਕਹਿ ਰਹੇ ਕਿ ਤੁਹਾਡੀ ਗੱਡੀ ਆਟੋਮੈਟਿਕ ਹੈ, ਇੱਦਾਂ ਕਿੱਦਾਂ ਲਿਜਾ ਸਕਦੇ? ਉਹਨਾਂ ਵੱਲੋਂ ਇਹੀ ਗੱਲ ਕਹੀ ਜਾ ਰਹੀ ਵਾਰ ਵਾਰ, ਸਾਡੇ ਕੋਲ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਬੰਦਾ ਕਿੱਦਾਂ ਇੱਦਾਂ ਗੱਡੀ ਲੈ ਕੇ ਜਾ ਸਕਦਾ। ਪਰ ਸੈਂਸਰ ਨਹੀਂ, ਜਦੋਂ ਗੱਡੀ ਦੀ ਚਾਬੀ ਤੁਹਾਡੇ ਕੋਲ ਹੋਊਗੀ, ਸੀਟ ਦੇ ਕੋਲ ਬੈਠੂਗੀ, ਫਿਰ ਗੱਡੀ ਸਟਾਰਟ ਹੁੰਦੀ ਹੁੰਦੀ ਜੀ ਜੀ ਜੀ, ਕਿਉਂਕਿ ਜਿਹੜੀ ਪੁਸ਼ ਬਟਨ ਵਾਲੀ ਤੁਹਾਨੂੰ ਆਹ ਪਤਾ ਅੱਜ ਕੱਲ੍ਹ ਬਿਲਕੁਲ ਬਿਲਕੁਲ। ਜਦਕਿ ਇਹਨਾਂ ਦਾ ਕਹਿਣਾ ਕਿ ਵੀ ਗੱਡੀ ਚਾਬੀ ਮੇਰੇ ਕੋਲ, ਮੈਂ ਏਟੀਐਮ ਦੇ ਕੋਲ ਆ ਤੇ ਨੰਬਰ, ਤਾਂ ਇਹ ਪਹਿਲਾਂ ਆਪਾਂ ਕਲੀਅਰ ਕਰਾਂਗੇ ਸਟਾਰਟ ਕਿੱਦਾਂ ਹੋਈ ਫਿਰ ਗੱਡੀ। ਗੱਡੀ ਨਹੀਂ ਅੰਦਰ ਜਾ ਸਕਦੀ ਕਿਉਂਕਿ ਇੱਥੇ ਦੇਖ ਸਕਦੇ ਹੋ ਕਿ ਗ੍ਰਿਲਾਂ ਲੱਗੀਆਂ ਹੋਈਆਂ, ਗੱਡੀ ਜਿਹੜੀ ਬਾਹਰ ਲਗਾਈ ਗਈ ਸੀ ਅਸੀਂ ਏਟੀਐਮ ਦੇ ਅੰਦਰ ਗਏ ਆ ਪੈਸੇ ਕਢਾਉਣ, ਤਾਂ ਲੋਕੇ ਦੇਖ ਸਕਦੇ ਹੋ ਮਗਰੋਂ ਗੱਡੀ ਚੱਕੀ ਗਈ ਹੈ, ਗੱਡੀ ਚੱਕ ਕੇ ਬੰਦੇ ਨੂੰ ਚੱਕਰ ਹੋ ਗਏ ਨੇ। ਸੋ ਦੱਸਦੀ ਕਿ ਆਨ ਰੋਡ ਗੱਡੀ ਜਿਹੜੀ ਜਾ ਰਹੀ ਉਹਨਾਂ ਨੂੰ ਮੈਸੇਜ ਆ ਚੁੱਕਾ ਹੈ ਕਿ ਗੱਡੀ ਬਿਆਸ ਲਾਗੇ ਪਹੁੰਚ ਗਈ ਹੈ। ਸੋ ਦੇਖ ਸਕਦੇ ਹੋ ਕਿ ਹੁਣ ਜਿਹੜੀ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਬਾਹਰ ਲਾਸਟ ਉਹਨਾਂ ਨੇ ਕਰਾਈ ਹੈ, ਸੋ ਮੌਕੇ ਦੇ ਹਾਲਾਤ ਦੇਖ ਸਕਦੇ ਹੋ ਕਿ ਇੰਨੀ ਜਿਹੜੀ ਹੈ ਗਰਦੀ ਪਈ ਹੋਈ ਹੈ, ਜਿਹੜੀਆਂ ਲੁੱਟਾਂ ਖੋਹਾਂ ਚੋਰੀਆਂ ਜਿਹੜੀਆਂ ਲਗਾਤਾਰ ਵੱਧ ਰਹੀਆਂ, ਉਹਦੇ ਕਰਕੇ ਦੇਖ ਸਕਦੇ ਕਿ ਉਹਨਾਂ ਨੇ ਗੱਡੀ ਜਿਹੜੀ 5 ਮਿੰਟ ਦਾ ਫਰਕ ਪਿਆ, 5 ਮਿੰਟਾਂ ਦੇ ਵਿੱਚ ਗੱਡੀ ਜਿਹੜੀ ਹੈ ਏਟੀਐਮ ਦੇ ਬਾਹਰੋਂ ਗਾਇਬ ਹੋ ਗਈ ਹੈ। ਗੱਡੀ ਜਦੋਂ ਦੇਖੀ ਤਾਂ ਉਹਨਾਂ ਨੇ ਜਿਹੜੇ ਗੱਡੀ ਲੈ ਕੇ ਰਫੂ ਚੱਕਰ ਹੋ ਗਿਆ, ਔਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਵਾਇਰਲੈਸ ਕਰਵਾਈ ਗਈ ਹੈ। ਸੋ ਦੇਖ ਸਕਦੇ ਹੋ ਕਿ ਮੇਨ ਚੌਂਕ ਹੈ ਸ਼ਹਿਰ ਦਾ, ਸੋ ਐਂਟਰੀ ਪੁਆਇੰਟ ਹੈ ਪੀਏਪੀ ਚੌਂਕ ਤੋਂ ਜਦੋਂ ਅਸੀਂ ਐਂਟਰ ਹੁੰਦੇ ਹਾਂ ਬੀਐਸਐਫ ਚੌਂਕ ਦੇ ਵਿੱਚ, ਇੱਥੇ ਨਾਕਾਬੰਦੀ ਵੀ ਹੁੰਦੀ ਹੈ, ਪਰ ਉਸ ਦੇ ਦੌਰਾਨ ਜਿਹੜੀ ਇੰਨੀ ਵੱਡੀ ਘਟਨਾ ਹੋਣੀ, ਰਾਤ ਜਿਹੜਾ ਨਾਕਾਬੰਦੀ ਨਹੀਂ ਸੀਗੀ। ਸੋ ਦੇਖ ਸਕਦੇ ਹੋ ਕਿ ਇਲਾਕੇ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਆ, ਕਾਫੀ ਜਿਹੜੇ ਆਪ ਹੀ ਡਰ ਚੁੱਕੇ ਨੇ, ਕਹਿ ਰਹੇ ਕਿ ਅੱਗੇ ਤੋਂ ਜਿਹੜਾ ਰਾਤ ਵੇਲੇ ਫੈਮਿਲੀ ਨਾਲ ਨਿਕਲਣਾ ਜਿਹੜਾ ਮੁਸ਼ਕਲ ਹੈ, ਕਿ ਅੱਗੇ ਤੋਂ ਅਸੀਂ ਫੈਮਿਲੀ ਨਾਲ ਨਹੀਂ ਨਿਕਲਣਾ ਬਾਹਰ, ਕਿਉਂਕਿ ਜਿਹੜੀ ਇੰਨੀ ਵੱਡੀ ਵਾਰਦਾਤ ਹੋ ਗਈ ਹੈ। ਸੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸ਼ਹਿਰ ਵਾਸੀ ਇਸ ਵੀਡੀਓ ਨੂੰ, ਜਲੰਧਰ ਦੇ ਜਿਹੜੇ ਵਾਸੀ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ, ਤਾਂ ਹਮੇਸ਼ਾ ਹੀ ਏਟੀਐਮ ਜਾਂ ਕਿਸੇ ਵੀ ਜਗ੍ਹਾ ਦੇ ਉੱਪਰ ਪੈਸੇ ਕਢਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚੋ ਪ੍ਰੋਪਰ, ਜਿਹੜਾ ਲੋਕ ਕਰਕੇ ਗੱਡੀ ਨੂੰ ਜਾਣ ਕੇ ਲੱਗਦਾ। ਅੰਕੁਸ਼ ਡੋਗਰਾ, ਅੰਕੁਸ਼ ਜੀ ਹੋਇਆ ਕੀ ਸੀਗਾ? ਮੈਂ ਏਟੀਐਮ 'ਚੋਂ ਪੈਸੇ ਕਢਾਉਣ ਆਇਆ ਸੀਗਾ। ਅੱਛਾ ਜੀ। ਮੈਂ ਗੱਡੀ ਇੱਥੇ ਲਾਈ ਆਪਣਾ ਲਾ ਕੇ ਪੈ ਲੋਕ ਕਰਕੇ ਤੇ ਅੰਦਰ ਜਿੱਦਾਂ ਹੀ ਪੈ ਏਟੀਐਮ। ਅੱਛਾ ਜੀ। ਜਿਵੇਂ ਏਟੀਐਮ ਤੋਂ ਪੈਸੇ ਕਢਾਏ, ਜਦ ਬਾਹਰ ਆਇਆ ਤੇ ਗੱਡੀ ਖੜੀ ਨਹੀਂ ਸੀ। ਮੈਂ ਬੀਐਸਐਫ ਆਰਮੀ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਸਾਨੂੰ ਨਹੀਂ ਪਤਾ, ਤੇ ਫਿਰ ਉਹ ਕਹਿੰਦੇ ਇੱਥੇ ਪੁਲਿਸ ਆ, ਉਹਨਾਂ ਨੂੰ ਪੁੱਛੋ। ਮੈਨੂੰ ਲੱਗਾ 50-11 ਇੱਥੇ ਨਾਕਾ ਲੱਗਾ ਸੀ ਗੱਡੀ, ਇੱਕ ਮਿੰਟ ਨੁੱਕੜ ਦੇ ਅੰਦਰ। ਅੱਛਾ, ਗੱਡੀ ਉਧਰ ਏਟੀਐਮ ਵਾਲੇ ਪਾਸੇ ਨਹੀਂ ਲਾਈ, ਇੱਧਰ ਲਾਈ ਤੁਸੀਂ? ਹਾਂ, ਇੱਕਦਮ ਅੰਦਰ। ਸਰ ਗੱਡੀ ਲੋਕ ਕੀਤੀ ਸੀ? ਗੱਡੀ ਲੋਕ ਕੀਤੀ ਸੀਗੀ। ਅੱਛਾ ਜੀ। ਤੇ ਚਾਬੀ ਆ ਰਹੀ ਮੇਰੇ ਕੋਲ, ਤੇ 2 ਵਜੇ ਜਿੱਦਾਂ ਹੀ ਮੈਂ ਗਿਆ ਉੱਥੇ ਪੁਲਿਸ ਨਹੀਂ ਸੀਗੀ, ਇਹ ਕਹਿੰਦੇ ਕੰਪਲੇਨ ਕਰ ਦਿੱਤੀ। ਇੱਥੋਂ ਹੀ ਮੈਂ ਕੰਪਲੇਨ ਕੀਤੀ, ਫਿਰ ਮੈਂ ਪੈਦਲ ਇੱਥੋਂ ਘੁੰਮ ਕੇ ਹੋਟਲ ਤੱਕ ਗਿਆ, ਤੇ ਫਿਰ ਆਪਾਂ ਅੱਗੇ ਕਾਰਵਾਈ ਕੀਤੀ। ਕਿੱਥੋਂ ਆ ਕਿੱਥੇ ਰਹੇ ਬਈ? ਅਸੀਂ ਐਕਚੁਅਲੀ ਬਰਥਡੇ ਸੀਗਾ ਬੈਸਟ ਵੈਸਟਰਨ, ਇੱਥੇ ਫੰਕਸ਼ਨ ਸੀਗਾ, ਤੇ ਮੈਂ ਉਹਨਾਂ ਨੂੰ ਕੈਸ਼ ਪੇਮੈਂਟ ਕਰਨੀ ਸੀ ਤਾਂ ਇੱਧਰ ਆਇਆ ਸੀ। ਤੁਸੀਂ ਏਟੀਐਮ ਤੋਂ ਪੈਸੇ ਕਢਾਉਣ ਆਏ? ਹਾਂਜੀ ਹਾਂਜੀ। ਤੇ ਟੋਲ ਪਲਾਜ਼ਾ ਕੱਟਿਆ ਗਿਆ ਤੇ ਪੁਲਿਸ ਫਿਰ ਆ ਗਈ ਸੀ 10 ਮਿੰਟ ਬਾਅਦ। ਉਹਨਾਂ ਨੇ ਟੋਲ ਪਲਾਜ਼ਾ ਦੇਖ ਕੇ, ਫਿਰ ਟੋਲ ਪਲਾਜ਼ਾ ਬਾਅਦ ਥੋੜਾ ਜਿਹਾ ਕਿਤੇ ਥੋੜਾ 10-15 ਮਿੰਟ ਲੱਗ ਗਏ ਟੋਲ ਪਲਾਜ਼ੇ ਤੋਂ ਬਾਅਦ, ਪਰ ਹੁਣ ਪਤਾ ਨਹੀਂ ਗੱਡੀ ਕਿਸ ਸਾਈਡ ਆ ਗਈ। ਤੁਸੀਂ ਇਕੱਲੇ ਆਏ ਸੀ ਇੱਥੇ? ਮੈਂ ਇਕੱਲਾ ਆਇਆ ਸੀ ਭਾਈ। ਗੱਡੀ ਦਾ ਨੰਬਰ ਕੀ ਹੈ? ਮਾੜਾ ਜਿਹਾ 0 1 CU
00082 ਅੱਛਾ ਜੀ ਹਾਂਜੀ ਲੋਕਲ ਨੰਬਰ ਹੈ ਭਾਜੀ ਗੱਡੀ ਜਲੰਧਰ ਨੰਬਰ ਦੀ ਹੈ ਤੁਸੀਂ ਕਿੱਥੇ ਰਹਿਣ ਵਾਲੇ ਹੋ ਜਲੰਧਰ ਭਾਈ ਚੋਪੜਾ ਕਲੋਨੀ ਕੈਂਟ ਜਲੰਧਰ ਕੈਂਟ ਤੋਂ ਠੀਕ ਹੈ ਪੋਸਟਮਾਰਟਮ ਵਾਲੀ ਗੱਡੀ ਹੁੰਦੀ ਆ ਉਹ ਚਾਬੀ ਤੋਂ ਬਿਨਾ ਸਟਾਰਟ ਨਹੀਂ ਹੁੰਦੀ ਅੱਛਾ ਉਹਨਾਂ ਦੀ ਚਾਬੀ ਉਹ ਕਹਿੰਦੇ ਵੀ ਮੇਰੇ ਕੋਲ ਆ ਤੇ ਗੱਡੀ ਪੋਸਟਮਾਰਟਮ ਨਾਲ ਸਟਾਰਟ ਹੋਣੀ ਆ ਗੱਡੀ ਜੇ ਸੈਂਸਰ ਹੁੰਦੀ ਆ ਪੋਸਟਮਾਰਟਮ ਨਾਲ ਸਟਾਰਟ ਹੋਣੀ ਉਹਦੇ ਲਈ ਚਾਬੀ ਕੋਲ ਹੋਣੀ ਚਾਹੀਦੀ ਨਹੀਂ ਸਰ ਇਹਦੀ ਵਾਇਰਲੈਸ ਵਗੈਰਾ ਕਰਾਈ ਗਈ ਜੀ ਸਾਰੀ ਕਰਾਤੀ ਅੱਛਾ ਵਾਇਰਲੈਸ ਕਰਵਾਤੀ ਆ ਉਸ ਨੂੰ ਵੀ ਕਰਾਤੀ ਆ ਸਾਰੀ ਕਰਾਤੀ ਆ ਜੀ ਤੇ ਕੌਣ ਆਪਾਂ ਕੈਮਰੇ ਵੀ ਚੈੱਕ ਕਰਾਂਗੇ ਕਿਉਂਕਿ ਸਿੰਗਲ ਬੰਦਾ ਉਹ ਕਹਿੰਦੇ BSF ਦੇ ਹੈਡਕੁਆਟਰ ਪੂਰੇ ਜਿਹੜੇ ਉਹ ਕਹਿ ਰਹੇ ਆ ਆਈ ਆ ਜੀ 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 ਇੱਥੋਂ ਸਿੰਗਲ ਬੰਦਾ ਲੈ ਗਿਆ ਨੰਬਰ 1 ਗੱਡੀ ਦੀ ਚਾਬੀ ਨਾ ਕੋਲ ਆ ਜੀ ਜੀ ਗੱਡੀ ਦੇ ਸੈਂਸਰ ਵਾਲੀ ਆ ਪੁਸ਼ ਬਟਨ ਵਾਲੀ ਸਟਾਰਟ ਆ ਜਿਹੜੀ ਚਾਬੀ ਤੋਂ ਕੋਲ ਚਾਬੀ ਬੈਠੂ ਮਤਲਬ ਜੇ ਗੱਡੀ ਓਨ ਹੋ ਕੋਈ ਵੀ ਜੇ ਓਨ ਕਰਦਾ ਜਾਂ ਸੈਂਸਰ ਵੱਜ ਪੈਣੇ ਨਾਲ ਹਾਂ ਨਹੀਂ ਸੈਂਸਰ ਨਹੀਂ ਜਦੋਂ ਗੱਡੀ ਦੀ ਚਾਬੀ ਤੁਹਾਡੇ ਕੋਲ ਹੋਊਗੀ ਸੀਟ ਦੇ ਕੋਲ ਬੈਠੂਗੀ ਫੇਰ ਗੱਡੀ ਸਟਾਰਟ ਹੁੰਦੀ ਹੁੰਦੀ ਜੀ 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 ਕਿਉਂਕਿ ਜਿਹੜੀ ਪੁਸ਼ ਬਟਨ ਵਾਲੀ ਤੁਹਾਨੂੰ ਆਹ ਪਤਾ ਅੱਜ ਕੱਲ੍ਹ ਬਿਲਕੁਲ ਬਿਲਕੁਲ ਜਦਕਿ ਇਹਨਾਂ ਦਾ ਕਹਿਣਾ ਕਿ ਵੀ ਗੱਡੀ ਚਾਬੀ ਮੇਰੇ ਕੋਲ ਮੈਂ ATM ਦੇ ਕੋਲ ਆ ਤੇ ਨੰਬਰ ਤਾਂ ਇਹ ਪਹਿਲਾਂ ਆਪਾਂ ਕਲੀਅਰ ਕਰਾਂਗੇ ਸਟਾਰਟ ਕਿੱਦਾਂ ਹੋਈ ਫੇਰ ਗੱਡੀ ਜੇ ਇਹ ਕਹਿੰਦੇ ਗੱਡੀ ਵੀ ਮੈਂ ਲੌਕ ਕੀਤੀ ਸੀ ਭਾਈ ਆਓ ਜੀ ਗੱਡੀ ਵੀ ਇੱਧਰ ਆਓ ਮਾਲਾ ਇੱਧਰ ਆਓ ਜੀ ਉਧਰ ਭਾਈ ਜੀ ਮੈਂ ਆ ਜਾ ਬਈ ਆਓ ਅੰਕੁਸ਼ ਜੀ ਇੱਧਰ ਆਓ ਗੱਡੀ ਲੌਕ ਕੀਤੀ ਸੀ ਵੀ ਲੱਗੇ ਜੇ ਗੱਡੀ ਲੌਕ ਕੀਤੀ ਸੀ ਫੇਰ ਚਾਬੀ ਨਾ ਕੋ ਉਹ ਕਹਿੰਦੇ ਜੀ ਗੱਡੀ ਇੱਦਾਂ ਕਿੱਦਾਂ ਖੋਲ ਕੇ ਬਾਗੇ ਗੱਡੀ ਮਾਰੋ ਵੈਰੀਫਾਈ ਕਰਕੇ ਚੈੱਕ ਕਰਕੇ ਸਾਨੂੰ ਥੋੜੀ ਪਤਾ ਆ ਨਹੀਂ ਚਲੋ ਠੀਕ ਆ ਵੈਰੀਫਾਈ ਤਾਂ ਸਰ ਤੁਸੀਂ ਕਰ ਰਹੇ ਹੋ ਹਲੇ ਤੱਕ ਗੱਡੀ ਫੜੂਗੇ ਤਾਂ ਹੀ ਉਹ ਬੰਦਾ ਕੋਲ ਲੈ ਕੇ ਗਿਆ ਤਾਂ ਹੀ ਪਤਾ ਲੱਗੇ ਨਾ ਵੈਰੀਫਾਈ ਵੈਰੀਫਾਈ ਆਪਾਂ ਇਹੀ ਹੁਣ ਆਪਾਂ ਇਹਨਾਂ ਦੀ ਕੰਪਲੇਂਟ ਲੈ ਲਈ ਆ ਤੁਸੀਂ ਆਪਾਂ ਕਾਰਵਾਈ ਕਰ ਰਹੇ ਆ ਪੂਰੀ ਉਹ ਕੰਪਲੇਂਟ ਲੈ ਲਈ ਆ ਪੂਰੀ ਲੋਕਰ ਬਣਦਾ ਵੀ ਪਹਿਲਾਂ ਚੋਰ ਦੇਖੋ ਕਿੱਦਾਂ ਲੈ ਕੇ ਗਿਆ ਗੱਡੀ ਨੂੰ ਜਿਹੜੀ ਮੌਕੇ ਤੇ ਹੈ ਗੱਡੀ ਦਾ ਜਿਹੜਾ ਟੋਲ ਮੈਸੇਜ ਵੀ ਤੁਹਾਡੇ ਫੋਨ ਤੇ ਆ ਗਿਆ ਵਿਆਸ ਤੇ ਵੀ ਜਾਪ ਗਿਆ ਹਾਂ ਤਾਂ ਫੇਰ ਅੱਛਾ ਵਿਆਸ ਜਾਪ ਕੇ ਗੱਡੀ ਮੈਸੇਜ ਆ ਗਿਆ ਤੁਹਾਨੂੰ ਜੀ ਟਿਲਵਾ ਟੋਲ ਪਲਾਜ਼ਾ ਦਾ ਮੈਸੇਜ ਆ ਗਿਆ ਸਰ ਉੱਥੇ ਤੁਸੀਂ ਥਾਣੇ ਨੂੰ ਦਿੱਤੀ ਤਲਾਜ ਜੀ ਲੋਕਲ ਆਪਾਂ ਉੱਥੇ ਕੰਟਰੋਲ ਤੇ ਕਰਤੀ ਹੈ ਜੀ ਅੰਮ੍ਰਿਤਸਰ ਸਾਰੇ ਤੇ ਅੰਮ੍ਰਿਤਸਰ ਕਰ ਦਿੱਤੀ ਪੂਰੇ ਕੰਟਰੋਲ ਪੂਰੇ PCR ਸਾਰੇ ਤੇ ਕਿਉਂਕਿ ਕਈ ਜਗ੍ਹਾ ਦੇ ਨਾਕੇਬੰਦੀ ਹੋ ਹੈ ਹੈਗੀ ਹੈ ਮਤਲਬ ਕਿ ਤੁਹਾਨੂੰ ਆਈ ਇੰਟੀਮੇਸ਼ਨ ਕੋਈ ਗੱਡੀ ਗੁੱਡੀ ਦਾ ਨੰਬਰ ਸਾਰਾ ਆਪਾਂ ਕਰਤਾ ਉਹਨਾਂ ਕੰਟਰੋਲ ਤੇ ਅੰਮ੍ਰਿਤਸਰ ਦੇ ਕੰਟਰੋਲ ਤੇ ਕਰਤਾ ਵੀ A to Z ਉੱਥੇ ਜੇ PCR ਨਾਕਾ ਕੱਲੇ ਥਾਣੇ ਨੂੰ ਨਹੀਂ ਕੀਤਾ ਕਿਉਂਕਿ ਗੱਡੀ ਹੱਲੇ ਤਾਂ ਓਨ ਰੋਡ ਹੀ ਹੋਊਗੀ ਇਨ ਕੇਸ ਗੱਡੀ ਜਿਹੜੀ ਹੈ ਓਨ ਰੋਡ ਆ ਕਿਸੇ ਨਾਕੇ ਤੇ ਫੜੀ ਤੁਹਾਨੂੰ ਕੋਈ ਆਈ ਸਾਨੂੰ ਵੀ ਨਹੀਂ ਪਤਾ ਵੀ ਇਸ ਵੇਲੇ ਓਨ ਰੋਡ ਆ ਕਿੱਥੇ ਆ ਨਾ ਦੇਖੋ ਇਹ ਪਰ ਆਪਾਂ ਜਿਹੜਾ ਸਾਡਾ ਮੇਨ ਕੰਮ ਆ ਨਾ ਮੇਨ ਦਾ ਮਤਲਬ ਹੈ ਓਨ ਰੋਡ ਹੈਗੀ ਆ ਨਹੀਂ ਤੁਹਾਨੂੰ ਨਹੀਂ ਇਹਨਾਂ ਨੂੰ ਮੈਸੇਜ ਆਇਆ ਨਾ ਲਾਸਟ ਟਾਈਮ ਜਿਹੜਾ ਸਾਨੂੰ ਮੈਸੇਜ ਦੇ ਥਰੂ ਪਤਾ ਲੱਗਾ ਵੀ ਜਿੱਦਾਂ ਇਹਨਾਂ ਨੂੰ ਮੈਸੇਜ ਆਇਆ ਵੀ ਢਿਲਵਾ ਕੀਤਾ ਆ ਉਹਦੇ ਬਿਹੇਵ ਤੇ ਸਾਨੂੰ ਜਿਹੜੇ ਅੱਗੇ ਦੇ ਅੰਮ੍ਰਿਤਸਰ ਵਾਲੀ ਪੁਲਿਸ ਦੀ ਜਿਹੜੀ ਸੀ ਉਹ ਸੀ ਉਹਨੂੰ ਸਾਡਾ ਫਰਜ਼ ਸੀ ਕੰਟਰੋਲ ਕਰਨਾ ਜੋ ਰਸਤੇ 'ਚ ਉਹ ਆਪਾਂ ਕਰ ਦਿੱਤਾ ਉਹਨਾਂ ਬਾਕੀ ਚੱਲ ਰਹੀ ਹੈ ਜੋ ਵੀ ਆ ਤੁਹਾਨੂੰ ਦੱਸਿਆ ਸੋ ਮੌਕੇ ਤੇ ਦੱਸ ਦਈਏ ਕਿ ਜਿਹੜਾ ਲਗਾਤਾਰ ਤਸਵੀਰਾਂ ਦਿਖਾ ਰਿਹਾ ਜਿਹੜੀਆਂ ਕਿ BSF ਚੌਕ ਦੇ ਵਿੱਚ ਗੱਡੀ ਜਿਹੜੀ ਬ੍ਰਿਜਾ ਗੈਪ ਹੋ ਗਈ ਹੈ ਭਾਈ ਆਪਣਾ ਸ਼ੌਪ ਹੈਗੀ ਹੈ ਕਾਜੀ ਸਰ ਕੱਪੜਿਆਂ ਦੀ ਕੱਪੜੇ ਹਾਂਜੀ ਸਰ ਜੀ ਪੈਕ ਲੱਗ ਗਏ ਮੁੜ ਕੇ ਤੇ ਗੱਡੀ ਨਹੀਂ ਜਾਂਦੀ ਸਰਕਾਰ ਕਰ ਕੀ ਰਹੀ ਆ ਹਾਂਜੀ ਜੀ ਸਰ ਇਧਰ ਕੀ ਭਾਈ ਛਰੇ ਆ ਗੱਡੀ ਕਿੱਥੇ ਜਾਂਦੀ ਸਰ ਦੇਖਿਓ ਮੜਾ ਜੀ ਠੀਕ ਹੈ ਹਾਂਜੀ ਔਰ ਸਾਡੇ ਉੱਤੇ ਇੱਕੋ ਹੀ ਗੱਲ ਜੀ ਵੀ ਮੁੰਡੇ ਕੋਲ ਚਾਬੀ ਸੀ ਗੱਡੀ ਲੈ ਕਿੱਦਾਂ ਗਿਆ ਸਰ ਵੱਡੀ ਹੈਰਾਨਗੀ ਦੀ ਗੱਲ ਆ BSF ਚੌਂਕ ਆ ਮੇਨ ਮੇਨ ਚੌਂਕ ਆ ਮੇਨ ਇੱਥੇ ਨਾਕਾ ਵੀ ਲੱਗਾ ਹੁੰਦਾ ਕੋਈ ਬੰਦਾ ਨਹੀਂ ਸੀ ਪੁਲਿਸ ਵਾਲਾ ਇੱਥੇ ਖੜਾ ਇਸ ਵੇਲੇ ਅੱਛਾ ਜੀ ਦਿਲੇ ਇੱਥੇ ਨਾਕਾ ਵੀ ਲੱਗਾ ਵੀ ਨਹੀਂ ਤੁਸੀਂ ਹੁਣ ਇਹ ਦੇਖੋ ਨਾ ਵੀ ਬੰਦਾ ਸ਼ਰਿਆਮ ਲਿਜਾ ਰਿਹਾ ਚੱਲਦਾ ਰੋਡ ਹੈ ਬਸ ਦਿਨ ਦਿਹਾੜੇ 1200-1250 ਬਰ ਦਾ ਟਾਈਮ ਹੈ ਵਿਦਿਨ 5 ਮਿੰਟ ਗੱਡੀ ਚੱਕੀ ਗਈ ਹੈ ਆਪਾਂ ਕਹਿੰਦੇ ਸਰਕਾਰ ਕਹਿੰਦੀ ਹੈ ਭਗਵੰਤ ਮਾਨ ਲੈ ਜੀ ਆਪਾਂ ਸੁਧਾਰ ਕਰਤੇ ਇਹ ਕਰਤਾ ਉਹ ਕਰਤਾ ਹੈ ਇਹਦਾ ਮਤਲਬ ਉਹ ਤਾਂ ਕਿਸੇ ਵੀ ਫੰਕਸ਼ਨ ਤੇ ਜਾ ਹੀ ਨਹੀਂ ਸਕਦੇ ਬਲੇ ਘਰੋਂ ਨਿਕਲਣਾ ਵੀ ਜਿਹੜਾ ਹੁਣ ਕੀ ਕਰ ਲਈਏ ਔਖਾ ਹੋ ਰਿਹਾ ਜੀ ਘਰੋਂ ਨਿਕਲਣਾ ਵੀ ਆਮ ਬੰਦੇ ਦਾ ਪਬਲਿਕ ਦਾ ਖਰਾਬ ਸਾਰਾ ਮਜ਼ਾ ਖਰਾਬ ਹੋ ਗਿਆ ਸੀ ਫੰਕਸ਼ਨ ਦੇ ਕੇ ਆਏ ਆ ਨਾਲ ਪਤਾ ਚੱਲਿਆ ਗੱਡੀ ਚੱਕ ਹੋ ਗਈ ਹਾਂਜੀ ਹੁਣ ਅਸੀਂ ਤਾਂ ਸੋਚਦੇ ਪਏ ਆ ਵੀ ਅੱਜ ਤੋਂ ਬਾਅਦ ਤਾਂ ਘਰੋਂ 12 ਵਜੇ ਬਾਅਦ ਨਿਕਲੇ ਨਾ ਕਰੀਏ
ਅਸੀਂ ਹਰੇਕ ਮਿੰਟ ਦੀ ਮੈਂ ਰਿਪੋਰਟ ਆਪ ਲਿਖੀ ਆ, ਮੈਂ ਡਾਕਟਰ ਹਾਂ ਜਨਰੈਂਸ ਹਸਪੀਟਲ ਬੈਂਗਲੌਰ 'ਚ, ਮੈਂ ਇਹਨਾਂ ਦਾ ਰਿਲੇਟਿਵ ਹਾਂ। ਮੈਂ ਰਿਪੋਰਟ 'ਚ ਮੈਂਸ਼ਨ ਕੀਤਾ ਕਿ ਗੱਡੀ ਅਸੀਂ ਕਿਸ ਟਾਈਮ 'ਤੇ ਖੜੀ ਕੀਤੀ ਆ, ਕਿਸ ਟਾਈਮ 'ਤੇ ਏ ਟੀ ਐੱਮ ਗਏ ਹਾਂ। 11:52 PM 'ਤੇ ਅਸੀਂ ਮੈਸੇਜ ਆਇਆ ਕਿ 20,000 rupees ਵਿਦਡਰਾਅ ਹੋਏ ਆ। ਇਹ ਜਦੋਂ ਬਾਹਰ ਆਏ ਇਹਨਾਂ ਨੇ ਗੱਡੀ ਆਪਣੀ ਨਹੀਂ ਦੇਖੀ, ਤਾਂ ਇਹ ਪੁਲਿਸ ਕੋਲ ਗਏ, ਇਹਨਾਂ ਤੋਂ ਪੁੱਛਿਆ ਆਰਮੀ ਦੇ ਬੰਦਿਆਂ ਕੋਲੋਂ ਕਿ ਗੱਡੀ ਕਿੱਥੇ ਆ, ਪਰ ਉਹਨਾਂ ਨੂੰ ਵੀ ਨਹੀਂ ਪਤਾ ਸੀ। ਉਹ ਕਹਿੰਦੇ ਆ ਕਿ ਇੱਕ ਬੰਦਾ ਹੀ ਸੀਗਾ ਇਕੱਲਾ, ਉਹ ਗੱਡੀ ਲੈ ਕੇ ਚਲੇ ਗਿਆ ਆ, ਉਹਨਾਂ ਨੂੰ ਲੱਗਿਆ ਉਹਦੀ ਗੱਡੀ ਹੋਣੀ ਆ। ਸਾਨੂੰ ਕੈਮਰੇ ਦੀ ਫੁਟੇਜ ਵੀ ਨਹੀਂ ਮਿਲ ਰਹੀ ਹਲੇ। ਨਹੀਂ ਏਦਾਂ ਕਿੱਦਾਂ ਜੀ, ਮਤਲਬ ਕੋਈ ਗੱਡੀ ਲੈ ਕੇ ਚੱਲ ਜੂਗਾ, ਜਾਂ ਉਹਨਾਂ ਨੂੰ ਏਦਾਂ ਲੱਗਾ ਗੱਡੀ ਹੈ, ਕੋਈ ਸੇਮ ਬਾਈਕ ਥੋੜੀ ਜਿਹੀ ਐਕਟਿਵਾ ਮੈਚਿੰਗ ਕਿੱਦਾਂ? ਇਹ ਤਾਂ ਸਾਨੂੰ ਪੁਲਿਸ ਵਾਲੇ ਵੀ ਕਹਿ ਰਹੇ ਕਿ ਤੁਹਾਡੀ ਗੱਡੀ ਆਟੋਮੈਟਿਕ ਹੈ, ਇੱਦਾਂ ਕਿੱਦਾਂ ਲੈ ਜਾ ਸਕਦੇ? ਉਹਨਾਂ ਵੱਲੋਂ ਇਹੀ ਗੱਲ ਕਹੀ ਜਾ ਰਹੀ ਬਾਰ ਬਾਰ। ਸਾਡੇ ਕੋਲ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਬੰਦਾ ਕਿੱਦਾਂ ਇੱਦਾਂ ਗੱਡੀ ਲੈ ਕੇ ਜਾ ਸਕਦਾ, ਪਰ ਉਹੀ ਨਾ ਕਿ ਇੱਦਾਂ ਗੱਡੀ ਕਿੱਦਾਂ ਕੋਈ ਚੱਕ ਸਕਦਾ। ਜਾਂ ਤਾਂ ਮਹਿਸੂਸ ਹੋ ਰਿਹਾ ਕਿ ਗੱਡੀ ਅਸੀਂ ਚੋਰੀ ਕਰਾਈ ਆ ਆਪਣੀ ਆਪ ਦੀ, ਤਾਂ ਪੁਲਿਸ ਸਾਨੂੰ ਇੱਦਾਂ ਦੇ ਹੀ ਸਵਾਲ ਪੁੱਛ ਰਹੀ ਆ, ਪਰ ਹੁਣ ਗੱਡੀ ਸਾਡੇ ਕੋਲ ਹੈ ਨਹੀਂ। ਇੱਥੇ ਨਾਲ ਹੀ ਚਲਾਣ ਵੀ ਜਿਹਨੇ ਜਿਹੜੇ ਕੱਟੇ ਜਾਂਦੇ ਤੁਸੀਂ ਦੱਸਦੇ, ਮੇਨ ਚੌਂਕ ਪੈਂਦਾ। ਹਾਂਜੀ ਭਾਜੀ, ਹਾਂ ਇੱਥੇ ਜਿਹੜੀ ਕੋਈ ਬੰਦਾ ਪੈਂਦਾ। ਧੰਨੋ ਭਾਜੀ, ਕੀ ਪੁੱਛੇ ਸਵਾਲ ਇਹ? ਹਾਂਜੀ ਕਿਹੜਾ? ਮੈਂ ਪੁੱਛੇ ਤੁਹਾਨੂੰ ਤਾਂ ਨਹੀਂ ਨਾਲ ਚੱਲ ਪੈਂਦੇ। ਚਲੋ ਫਿਰ ਉਹਨਾਂ ਨੇ ਹੈਲਪ ਕੀਤੀ ਤੁਹਾਡੀ। ਸੋ ਮੌਕੇ ਦੇ ਬੜੇ ਕਾਬਲ ਐਸ ਆਈ ਆਏ ਨੇ, ਜਿਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਸਾਥ ਤੁਹਾਡਾ ਦਿੰਦੇ ਹਾਂ ਗੱਡੀ ਗੁਆਚੀ। ਜੀ ਜੀ, ਹਾਂਜੀ ਹਾਂਜੀ ਸਰ, ਹਾਂਜੀ ਫੈਟ ਦੀ ਆ ਗਿਆ। ਜੀ ਜੀ, ਉੱਥੋਂ ਕਿੱਥੋਂ ਦੀ ਆਇਆ ਮੈਂ? ਇਹ ਇਧਰੋਂ ਆ ਗਏ ਸੀ ਨਾਲ। ਮੈਂ ਜੱਕਦਮ ਇੱਧਰ ਹੀ ਆਇਆ, ਮੇਰਾ ਸਾਰਾ ਐਕਸੀਡੈਂਟ ਹੋ ਜਾਂਦਾ। ਮੇਰੀ ਗੱਲ ਤਾਂ ਸੁਣ ਲਓ, ਚਲੋ ਉਹਨਾਂ ਤੋਂ ਬੰਦਾ ਤਾਂ ਗੱਡੀ ਆਫ ਤੋਂ ਬਾਅਦ ਦੀ ਗੱਲ ਆ, ਲੇਕਿਨ ਜਦੋਂ ਟੋਲ ਤੇ ਮੈਸੇਜ ਆ ਗਿਆ ਬਿਆਸ ਟੱਪ ਗਈ ਗੱਡੀ, ਸ਼ਾਇਦ ਥਾਣੇ ਤੋਂ ਇੱਕ ਟੀਮ ਲਾ ਦੇਵੇ ਗੱਡੀ ਦਾ ਫੁੱਲ ਅਪ ਕਰ ਲਿਆ। ਮੈਂ ਕਿਹਾ ਭਾਜੀ ਮੈਂ ਆ ਗਿਆ ਕੰਟਰੋਲ ਤੇ ਫੋਨ ਕਰਤਾ। ਚਲੋ ਤੁਸੀਂ ਤਾਂ ਆ ਗਏ, ਚਲੋ ਵਧੀਆ ਗੱਲ ਆ, ਪੁਲਿਸ ਮੌਕੇ ਤੇ ਪਹੁੰਚ ਗਈ ਆ। ਪਹੁੰਚ ਗਈ, ਠੀਕ ਆ, ਵੈਰੀਫਾਈ ਕਰ ਰਹੇ ਆ ਤੁਸੀਂ, ਲੇਕਿਨ ਜਦੋਂ ਟੋਲ ਮੈਸੇਜ ਟੋਲ ਜਿਹੜਾ ਮੈਸੇਜ ਆ ਗਿਆ, ਤੁਸੀਂ ਥਾਣੇ ਤੋਂ ਟੀਮ ਭੇਜ ਸਕਦੇ ਹੋ, ਕੋਈ ਇੱਕ ਬੰਦਾ ਭੇਜ ਸਕਦਾ 11 lakh ਦੀ ਗੱਡੀ ਆ ਜਿਹੜੇ ਨਹੀਂ। ਇਹਨਾਂ ਤੋਂ ਬਾਅਦ ਆਫਿਸਰ ਕੇ ਉਹਨਾਂ ਨੇ ਟੇਕ ਓਵਰ ਕਰ ਲਿਆ ਗੱਲਬਾਤ, ਉਹਨਾਂ ਨੂੰ ਕਿਹਾ ਕਿ ਵੀ ਮੈਸੇਜ ਆ ਗਿਆ, ਤੁਸੀਂ ਪਹਿਲਾਂ ਕਹਿੰਦੇ ਲਿਖ ਤਾਂ ਲਈਏ। ਮੈਂ ਕਿਹਾ ਮੈਨੂੰ ਕੋਈ ਨਹੀਂ, ਮੈਂ ਚੱਲਣ ਤਿਆਰ ਆ। ਉੱਚੀ ਥੋੜਾ ਟਾਈਮ ਦਾ ਲੌਸ ਹੋ ਗਿਆ ਜਿਹੜਾ ਮੈਸੇਜ ਆ, ਮੈਸੇਜ ਤੋਂ ਪਹਿਲਾਂ ਪਹਿਲਾਂ ਕਹਿੰਦਾ ਮੈਸੇਜ ਤੋਂ ਪਹਿਲਾਂ ਗਿਆ, ਬਟ ਜਿਵੇਂ ਉਹ ਸੈਕੰਡ ਆਫਿਸਰ ਆਇਆ ਮੈਸੇਜ ਆਇਆ, ਉਹ ਪਹਿਲਾਂ ਇਹ ਪੁੱਛਣ ਲੱਗ ਵੀ ਦੱਸੋ ਔਨ ਆ ਕਿ ਆਫ ਆ, ਔਨ ਆ ਕਿ ਆਫ। ਮੈਂ ਤਾਂ ਨਹੀਂ, ਔਨ ਆਫ ਤੇ ਮਤਲਬ 10 ਮਿੰਟ ਉਹਨਾਂ ਨੇ ਔਨ ਆਫ ਤੇ ਹੀ ਲਾਤੀ।